ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਥਾਈਏ ਦਰਸਾਇਆ ਹੈ ਕਿ ਜੋ ਦ੍ਰਿਸ਼ਟਮਾਨ ਬ੍ਰਹਿਮੰਡ ਹੈ ਇਸ ਵਿੱਚ ਪ੍ਰਭੂ ਦਾ ਨਾਮ ਲੈਣਾ ਹੈ ਇਹ ਸਾਡੀ ਵਰਣਮਾਲਾ ਦਾ ਪਹਿਲਾ ਅੱਖਰ ਹੈ ਪਹਿਲਾ ਬਾਲ ਉਪਦੇਸ਼ ਹੈ ਜਦ ਤੱਕ ਅਸੀਂ ਇਸ ਪਹਿਲੇ ਉਪਦੇਸ਼ ਨੂੰ ਨਹੀਂ ਕਮਾਉਂਦੇ ਪ੍ਰਭੂ ਪ੍ਰੀਤਮ ਸਾਨੂੰ ਉਹ ਨਵੇਂ ਬ੍ਰਹਿਮੰਡ ਨੂੰ ਕਿਵੇਂ ਅਨੁਭਵ ਕਰਾਏ ਔ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਤੁਸੀਂ ਕਹਿੰਦੇ ਹੋ ਤੁਸੀਂ ਮੈਨੂੰ ਸਮਝਿਆ ਨਹੀਂ ਪਰ ਤੁਸੀਂ ਹੋਰ ਵੀ ਕਿਸੇ ਨੂੰ ਨਹੀਂ ਸਮਝ ਸਕੇ ਨਦੀ ਦਾ ਸੰਗੀਤ ਤਾਰਿਆਂ ਦਾ ਟਿਮਟਮਾਣਾ ਸੂਰਜ ਦਾ ਉદય ਤੇ ਅਸਤ ਹੋਣਾ ਪੰਮਾ ਪਹਾੜੀਆਂ ਜਨਮ ਤੇ ਮੌਤ ਖੁਸ਼ੀ ਤੇ ਗਮੀ ਨਰ ਤੇ ਨਾਰੀ ਸੰਯੋਗ ਤੇ ਵਿਯੋਗ ਇਹ ਸਭ ਤਾਂ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਹਨ ਇਹ ਤਾਂ ਕਿਸੇ ਨਵਜਨਮੇ ਮਨ ਲਈ ਬ੍ਰਹਿਮੰਡ ਵਿਆਪੀ ਗੋਹ ਜਲਿਪੀ ਦੇ ਅੱਖਰ ਮਾਤਰ ਹਨ ਇਹਨਾਂ ਵਿੱਚੋਂ ਇੱਕੋ ਅੱਖਰ ਨੂੰ ਜਾਣਨ ਲਈ ਤੁਸੀਂ ਅਨੰਤ ਕਾਲ ਕਾਲ ਦੇ ਹੋ ਫਿਰ ਵੀ ਉਸੇ ਨੂੰ ਵਾਰ-ਵਾਰ ਵਾਚਦੇ ਹੋ ਇਹੋ ਹਾਲ ਬ੍ਰਹਿਮੰਡ ਦਾ ਹੈ ਪਰ ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਇਹ ਬ੍ਰਹਿਮੰਡ ਜੋ ਤੁਹਾਡੇ ਨੈਣਾਂ ਅੰਦਰ ਦ੍ਰਿਸ਼ਟਮਾਨ ਹੈ ਮੇਰਾ ਨਾਮ ਲੈਣ ਲਈ ਹੈ ਤਾਂ ਜੋ ਤੁਸੀਂ ਉਸ ਆਦ ਅੱਖਰ ਦੇ ਰਹਿਸ ਨੂੰ ਅਨੁਭਵ ਕਰ ਸਕੋ ਤੇ ਉਸ ਆਦ ਨਾਦ ਨੂੰ ਸੁਣ ਸਕੋ ਜੋ ਸਭ ਤੋਂ ਪਹਿਲਾਂ ਤੁਹਾਡੇ ਕੰਨਾਂ ਨੇ ਸੁਣਿਆ ਹੈ ਤੁਸੀਂ ਕਾਲ ਦੇ ਬਾਲ ਹੁੰਦਿਆ ਹੋਇਆ ਵੀ ਇਸ ਵਰਣਮਾਲਾ ਦੇ ਪਹਿਲੇ ਅੱਖਰ ਨੂੰ ਵੀ ਜਾਣ ਨਹੀਂ ਸਕੇ ਇਸ ਲਈ ਮੈਂ ਬ੍ਰਹਿਮੰਡ ਦੇ ਪੰਨੇ ਨੂੰ ਕਿਵੇਂ ਪਲਟਾ ਸਕਦਾ ਹਾਂ ਤੁਹਾਨੂੰ ਨਵਾਂ ਬ੍ਰਹਿਮੰਡ ਕਿਵੇਂ ਬਖਸ਼ ਸਕਦਾ ਹਾਂ ਤੁਸੀਂ ਥੱਕ ਤਾਂ ਗਏ ਹੋ ਪਰ ਤੁਸੀਂ ਹਾਲੀ ਅਗਿਆਨੀ ਹੋ ਇਹ ਪਹਿਲਾ ਬਾਲ ਉਪਦੇਸ਼ ਤੁਹਾਡੇ ਹੱਥ ਵਿੱਚ ਹੈ ਅਤੇ ਇਸ ਵਰਣਮਾਲਾ ਨੂੰ ਸਿੱਖਣ ਤੋਂ ਬਿਨਾ ਹੋਰ ਕੋਈ ਮਾਰਗ ਨਹੀਂ ਹੈ ਹਾਂਜੀ ਫਿਰ ਦੁਹਰਾ ਦਿਓ ਇਹ ਪਹਿਲਾ ਬਾਲ ਉਪਦੇਸ਼ ਤੁਹਾਡੇ ਹੱਥ ਵਿੱਚ ਹੈ ਅਤੇ ਇਸ ਵਰਣਮਾਲਾ ਨੂੰ ਸਿੱਖਣ ਤੋਂ ਬਿਨਾ ਹੋਰ ਕੋਈ ਮਾਰਗ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ